ਬੰਦੇ ਸਮਝਦੇ ਵੀ ਰਿਸ਼ਤੇਦਾਰ ਪਿੱਛੋਂ ਹੁੰਦੇ ਤੁਹਾਨੂੰ ਤੇ ਹੁੰਦੇ ਹੋਣਗੇ ਬੰਦਿਆਂ ਦੇ ਨੇ ਸਾਡੇ ਜਿਹੜੇ ਰਿਸ਼ਤੇਦਾਰ ਨੇ ਉਹ ਜੀ ਵਿੱਚ ਹੁੰਦੇ ਕੀ ਮਤਲਬ ਪਿੱਛੋਂ ਦਾ ਭਾਜੀ ਜਾਂ ਉਹਨਾਂ ਦੇ ਨੇੜੇ ਗਿਆ ਨੇ ਉਹਨਾਂ ਡੰਗ ਕੀ ਮਾਰਿਆ ਹਰ ਬੰਦਾ ਦਾ ਸਾਡੇ ਲੱਗਦੇ ਜੀ ਸਾਡੇ ਤੋਂ ਬੜੇ ਸੜਦੇ ਨੇ ਸਾਡਿਆਂ ਲੱਗਦਿਆਂ ਜੀ ਸਾਨੂੰ ਤਵੀਰ ਪਾਏ ਨੇ ਸਾਡੇ ਲੱਗਦੇ ਜੀ ਸਾਡਾ ਗਿਲਾ ਕਰਦੇ ਨੇ ਮੈਂ ਪਿਆ ਆਂਦਾ ਹਾਂ ਮੈਂ ਇਹ ਸਾਰੀਆਂ ਗੱਲਾਂ ਸਹੀ ਨੇ ਤੁਸੀਂ ਲੱਗਦਿਆਂ ਦੇ ਹਿੱਸੇ ਦਾ ਜਵਾਬ ਕਬਰ ਵਿੱਚ ਦੇਣਾ ਹੈ ਜਾਂ ਆਪਣੇ ਹਿੱਸੇ ਦਾ ਆਪਣੇ ਅਮਲ ਦਾ ਜਵਾਬ ਦੇਣਾ ਹੈ ਅਸਾਂ ਤਾਂ ਉਹਨਾਂ ਦੇ ਅਮਲ ਦਾ ਉਹ ਨਾ ਆਪਣੇ ਅਮਲ ਦਾ ਜਵਾਬ ਦੇਣਾ ਹੈ ਮੈਂ ਆਪਣੇ ਅਮਲ ਦਾ ਜਵਾਬ ਦੇਣਾ ਮੈਨੂੰ ਉਹਨਾਂ ਦੇ ਅਮਲ ਦੀ ਫਿਕਰ ਦੀ ਬਜਾਏ ਆਪਣੇ ਅਮਲ ਦੀ ਫਿਕਰ ਕਰਨੀ ਚਾਹੀਦੀ ਯਾ ਅੱਲਾ ਉਹ ਨਹੀਂ ਚੰਗੇ ਮੈਂ ਮੁੜ ਵੀ ਚੰਗਾ ਉਹ ਵਿੱਚੋਂ ਮੈਂ ਮੰਨ ਲਿਆ ਰਿਸ਼ਤੇਦਾਰ ਨਹੀਂ ਜੇ ਵਿੱਚੋਂ ਵਿੱਚੋਂ ਦਾ ਮਤਲਬ ਇਹਨਾਂ ਬੜਾ ਡੰਗ ਮਾਰ ਦੇ ਮੈਂ ਕਿਹਾ ਠੀਕ ਹੈ ਲੇਕਿਨ ਤੁਸੀਂ ਉਹ ਦਰਵੇਸ਼ ਨੂੰ ਕਿਉਂ ਨਾ ਵੇਂਦੇ ਜਿਹੜਾ ਦਰਿਆ ਇੱਕ ਵਿੱਚੋਂ ਕੱਢਦਾ ਤੇ ਉਹ ਡੰਗ ਮਾਰਦਾ ਆਪਣੀ ਬੈੜੀ ਆਦਤ ਨਹੀਂ ਪਿਆ ਛੱਡਦਾ ਤੇ ਮੈਂ ਆਪਣੀ ਚੰਗੀ ਆਦਤ ਕਿਉਂ ਛੱਡ ਦੇਵਾਂ ਕੋਈ ਸਮਝ ਆਈ ਇੱਥੇ ਗੱਲ ਲਾ ਲਾ ਵਾ ਰਿਸ਼ਤੇਦਾਰ ਨੇ ਹਰਲੇ ਪਿੱਛੂ ਡੰਗ ਮਾਰ ਦੇ ਤੂੰ ਬਾਬੇ ਵਾਲੀ ਗੱਲ ਤੇ ਰੋਗਾ ਤੂੰ ਪਿੱਛੂ ਵਾਲੀ ਗੱਲ ਤੇ ਜ਼ਰੂਰ ਆ ਉਹ ਕਰਦੇ ਤੇ ਉਹਨਾਂ ਦੀ ਉਹਨਾਂ ਨਾਲ ਜਾਣ ਦੇ ਤੂੰ ਆਪਣੇ ਨਾਲ ਤੇ ਰੋ ਤੂੰ ਆਪਣੇ ਅਮਲ ਦਾ ਜਵਾਬ ਦੇ ਹੋਣਾ ਹੈ ਅਜ਼ੀਜ਼ਾ ਚਾਂਦਨ ਹਾਲਾਂ ਦੀ ਜ਼ਿੰਦਗੀ ਹੈ ਮੈਂ ਘੜੀਆਂ ਦੇ ਸਾਹ ਹੈ ਜਿਹੜੀ ਚਾਰ ਦੇ ਹੈ ਉਹਦੇ ਠੱਟ ਲੈ ਗਿਆ ਹੈ ਲੋਕਾਂ ਨੂੰ ਤਕਸੀਮ ਕਰਕੇ ਖਾਵਿਆ ਕਰ ਅੱਲਾ ਦਾ ਬੜਾ ਸੁੱਖ ਦੇਵੇਗਾ ਅੱਲਾ ਤੋਂ ਸਕੂਨ ਮੰਗਿਆ ਮੰਗਣਾ ਹੈ ਤੇ ਲੋਕਾਂ ਨਾਲ ਇਸ਼ਤਿਹਾਰ ਬਣਾ ਕੇ ਰੱਖੋ ਆਪਣੀ ਨਿਗਾਹ ਵਿੱਚ ਅੱਲਾ ਤੁਹਾਨੂੰ ਸਕੂਨ ਦੀ ਦੌਲਤ ਦੇਵੇ ਕੱਲਿਆ ਖਾਣਾ ਛੱਡ ਦਿਓ ਤੁਹਾਡਾ ਖਾਣਾ ਤੁਹਾਨੂੰ ਸਕੂਨ ਦੇਵੇਗਾ ਅਸੀਂ ਜਿਹੜਾ ਕੱਲਿਆ ਖਾਂਦੇ ਹਾਂ ਉਸਦੇ ਪ੍ਰੋਬਲਮ ਪੈਦਾ ਹੁੰਦੀ ਜਿਸ ਖਾਣੇ ਵਿੱਚ ਲੋਕ ਜ਼ਿਆਦਾ ਸ਼ਰੀਫ ਹੋ ਜਾਣ ਉਹ ਖਾਣਾ ਗੁਰੂ ਨਾਲ ਨੂਰ ਹੋ ਜਾਂਦਾ